ਭਾਅ ਨੇ ਸਿੱਧੂ ਦੀ ਰਿਹਾਈ ਦੇ ਲਈ ਜੋ ਕੋਟਦੁੰਨਾ ਵਿਖੇ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ, ਅੱਜ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਦੋਸਤੋ, ਅੱਜ ਬਹੁਤ ਵੱਡਾ ਇਕੱਠ, ਬਹੁਤ ਵੱਡੀ ਭੀੜ ਜਿਹੜੀ ਭਾਅ ਨੇ ਸਿੱਧੂ ਦੇ ਪਿੰਡ ਕੋਟਦੁੰਨਾ ਵਿਖੇ ਇਕੱਠੀ ਹੋਏਗੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਤੋਂ ਭਾਅ ਸਿੱਧੂ ਜਿਹੜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਤੇ ਉਸ ਦੇ ਉੱਤੇ ਲਗਾਤਾਰ ਜਿਹੜਾ ਇਲਜ਼ਾਮ ਵੱਖੋ ਵੱਖਰੇ ਲੱਗ ਰਹੇ ਨੇ। ਪਹਿਲਾਂ ਇੱਕ ਜਿਹੜਾ ਇਲਜ਼ਾਮ ਲਗਾਇਆ ਗਿਆ ਸੀ ਉਹਦੇ ਵਿੱਚੋਂ ਜਦੋਂ ਭਾਅ ਨੇ ਸਿੱਧੂ ਦੀ ਜਿਹੜੀ ਜ਼ਮਾਨਤ ਲਈ ਗਈ ਸੀ, ਉਸ ਤੋਂ ਬਾਅਦ ਇੱਕ ਚੈਨੀ ਚੋਰੀ ਦੇ ਇਲਜ਼ਾਮ ਦੇ ਵਿੱਚ ਨਵੀਂ ਗ੍ਰਿਫਤਾਰੀ ਪਾ ਦਿੱਤੀ। ਸੋ ਸਰਕਾਰ ਨਵੀਆਂ ਚਾਲਾਂ ਜਿਹੜੀਆਂ ਆਪਣੀਆਂ ਕਾਨੂੰਨ ਦੇ ਹਿਸਾਬ ਨਾਲ ਖੇਡ ਰਹੀ ਹੈ। ਪਰ ਦੋਸਤੋ, ਭਾਅ ਸਿੱਧੂ ਹਮੇਸ਼ਾ ਹੀ ਮਾੜਿਆ ਹੋਵੇ, ਚਾਹੇ ਉਹ ਤਕੜਾ ਹੋਵੇ, ਚਾਹੇ ਕਿਸੇ ਵੀ ਵਰਗ ਦਾ ਬੰਦਾ ਹੋਵੇ, ਉਹਦੇ ਨਾਲ ਅਗਰ ਉਹ ਸਹੀ ਹੈ ਤਾਂ ਸਹੀ ਦੇ ਨਾਲ ਹਮੇਸ਼ਾ ਭਾਅ ਸਿੱਧੂ ਹਿੱਕ ਡਾਹ ਕੇ ਖੜ੍ਹਾ ਹੈ। ਸੋ ਦੋਸਤੋ, ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੀ ਕਿਸਾਨੀ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਵਿੱਚ ਕਿਸੇ ਨਾਲ ਠੱਗੀ ਵੱਜੀ ਹੋਵੇ, ਕਿਸੇ ਦੇ ਨਾਲ ਜ਼ੁਲਮ ਹੋਇਆ ਹੋਵੇ, ਕਿਸੇ ਨੂੰ ਦੇ ਨਾਲ ਕੋਈ ਵੀ ਗਲਤ ਕੰਮ ਹੋਇਆ ਹੋਵੇ, ਤਾਂ ਭਾਅ ਸਿੱਧੂ ਹਮੇਸ਼ਾ ਹੀ ਹਿੱਕ ਡਾਹ ਕੇ ਖੜ੍ਹਾ ਹੈ। ਸੋ ਦੋਸਤੋ, ਅੱਜ ਸਮਾਂ ਹੈ ਭਾਅ ਸਿੱਧੂ ਦੇ ਨਾਲ ਖੜ੍ਹਨ ਦਾ। ਦੋਸਤੋ, ਭਾਅ ਸਿੱਧੂ ਦੀ ਰਿਹਾਈ ਦੇ ਪੋਸਟਰ ਵੀ ਬੜੇ ਬਣ ਚੁੱਕੇ ਨੇ ਅਤੇ ਲੋਕ ਲਗਾਤਾਰ ਜਿਹੜਾ ਭਾਅ ਸਿੱਧੂ ਦੇ ਨਾਲ ਖੜ੍ਹੇ ਵੀ ਨੇ ਅਤੇ ਭਾਅ ਸਿੱਧੂ ਦੇ ਘਰ ਵੀ ਹਰ ਰੋਜ਼ ਜਿਹੜਾ ਵੱਡਾ ਇਕੱਠ ਦੇਖਣ ਨੂੰ ਮਿਲਦਾ। ਪਰ ਅੱਜ ਸਪੈਸ਼ਲੀ ਜਿਹੜਾ 29 ਤਰੀਕ ਦਾ, ਅੱਜ ਦੋਸਤੋ ਤੁਹਾਨੂੰ ਦੱਸ ਦਈਏ ਕਿ 29 ਤਰੀਕ ਹੈ ਅਤੇ ਅੱਜ ਸਵੇਰੇ ਇਹ ਜੋ ਤੁਸੀਂ ਸਾਹਮਣੇ ਸਟੇਜ ਦੇਖ ਰਹੇ ਹੋ, ਸਟੇਜ ਲੱਗ ਰਹੀ ਹੈ ਅਤੇ ਅੱਜ ਹੀ ਇੱਥੇ ਵੱਡੇ ਫੈਸਲੇ ਲਏ ਜਾਣਗੇ ਕਿ ਕਿਉਂਕਿ ਅੱਗੇ ਦੇ ਜਿਹੜੇ ਪ੍ਰੋਗਰਾਮ ਨੇ ਉਹ ਇਹ ਨੇ ਦੋਸਤੋ ਕਿ ਅੱਗੇ ਜਿਹੜਾ ਭਾਅ ਸਿੱਧੂ ਆ ਉਸ ਦੇ ਜਿਹੜੀ ਰਿਹਾਈ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਜ਼ਮਾਨਤ ਨਹੀਂ ਲਗਾਈ ਜਾਏਗੀ, ਸਗੋਂ ਸਰਕਾਰ ਦੇ ਉੱਤੇ ਜਿਹੜਾ ਉਸ ਤਰ੍ਹਾਂ ਦਾ ਜਿਹੜੇ ਗਲਤ ਇਲਜ਼ਾਮ ਲੱਗੇ ਨੇ ਭਾਅ ਦੇ ਉੱਤੇ ਉਹ ਜਾਂ ਗਲਤ ਕੋਈ ਜਿਹੜੇ ਕੇਸ ਪਾਏ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਜਿਹੜੀ ਮੰਗ ਕੀਤੀ ਜਾਏਗੀ। ਸੋ ਦੋਸਤੋ, ਅੱਜ ਇਸ ਸਟੇਜ ਦੇ ਉੱਤੋਂ ਵੱਡੇ ਐਲਾਨ ਕੀਤੇ ਜਾਣਗੇ ਅਤੇ ਗਾਹਾਂ ਦੀਆਂ ਜਿਹੜੇ ਪ੍ਰੋਗਰਾਮ ਨੇ ਉਹ ਲਿਖੇ ਜਾਣਗੇ। ਸੋ ਸਾਰੇ ਵੀਰ ਜਿਹੜਾ ਵੱਧ ਚੜ੍ਹ ਕੇ ਹਿੱਸਾ ਲੈਣ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਇੱਥੇ ਪੰਜਾਬ ਦੀਆਂ ਜਥੇਬੰਦੀਆਂ ਅਤੇ ਸਮਾਜ ਸੇਵੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਵੀ ਪੰਜਾਬ ਦੇ ਬਹੁਤ ਸਾਰੇ ਮੋਹਤਬਰ ਬੰਦੇ ਜਿਹੜੇ ਇੱਥੇ ਪਹੁੰਚਣਗੇ। ਜੇ ਆਪਾਂ ਗੱਲ ਕਰੀਏ ਕਿ ਲੋਕ ਕਿੱਥੋਂ ਕਿੱਥੋਂ ਆਉਣਗੇ, ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਲੋਕ ਇਕੱਲਾ ਪੰਜਾਬ ਦੇ ਵਿੱਚੋਂ ਹੀ ਨਹੀਂ ਬਲਕਿ ਜੰਮੂ ਕਸ਼ਮੀਰ, ਹਰਿਆਣੇ ਦੇ ਵਿੱਚੋਂ ਅਤੇ ਹੋਰ ਵੀ ਦੋ ਤਿੰਨ ਅਦਰ ਸਟੇਟਾਂ ਜਿਵੇਂ ਕਿ ਇੱਧਰ ਰਾਜਸਥਾਨ ਹੋ ਗਿਆ, ਸਾਡੇ ਬਾਰਡਰ ਏਰੀਏ ਨੇ, ਤਾਂ ਕਈ ਸਟੇਟਾਂ ਦੇ ਲੋਕ ਜਿਹੜਾ ਅੱਜ ਭਾਅ ਸਿੱਧੂ ਦੀ ਰਿਹਾਈ ਦੇ ਲਈ, ਭਾਅ ਸਿੱਧੂ ਦੇ ਹੱਕ ਦੇ ਵਿੱਚ ਇਸ ਮੈਦਾਨ ਦੇ ਵਿੱਚ ਆਉਣਗੇ ਅਤੇ ਆਏ ਵੀ ਹੋਏ ਨੇ। ਕਾਫੀ ਜਿਹੜਾ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਨੇ। ਦੋਸਤੋ, ਵੈਸੇ ਤਾਂ ਇਹ ਪ੍ਰੋਗਰਾਮ ਜਿਹੜਾ ਅਸੀਂ ਬੜੀ ਜਲਦੀ ਸਟਾਰਟ ਕਰਨ ਦੀ ਸੋਚੀ ਗਈ ਸੀ, ਪਰ ਥੋੜ੍ਹਾ ਜਿਹਾ ਧੁੰਦ ਦੇ ਕਾਰਨ ਇਹ ਪ੍ਰੋਗਰਾਮ ਹੈ ਥੋੜ੍ਹਾ ਜਿਹਾ ਡਿਲੇ ਹੋ ਸਕਦਾ, ਕਿਉਂਕਿ ਦੋਸਤੋ ਦੂਰੋਂ ਦੂਰੋਂ ਵੀਰ ਜਿਹੜੇ ਆਉਣਗੇ ਤਾਂ ਸਭ ਦਾ ਜਿਹੜਾ ਨਿੱਘੇ ਜਿਹੜੀਆਂ ਅੱਖਾਂ ਦੇ ਨਾਲ ਖੁੱਲ੍ਹੇ ਦਿਲ ਦੇ ਨਾਲ ਸਵਾਗਤ ਕੀਤਾ ਜਾਏਗਾ। ਸੋ ਜਿਹੜਾ ਖਾਣ ਪੀਣ ਦਾ ਖਾਸ ਪ੍ਰਬੰਧ ਰੱਖਿਆ ਗਿਆ ਇੱਥੇ, ਤਾਂ ਦੋਸਤੋ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੇ ਮੇਨ ਹਸਤੀਆਂ ਨੇ ਉਹ ਪਹੁੰਚ ਵੀ ਚੁੱਕੀਆਂ ਨੇ ਅਤੇ ਭਾਅ ਸਿੱਧੂ ਦੇ ਨਾਲ ਹਮੇਸ਼ਾ ਦੇਖਣ ਵਾਲੇ ਭਾਨਾ ਪਕੌੜਾ ਜੀ ਅਤੇ ਹੋਰ ਵੀ ਜਿਹੜੇ ਕਈ ਜਿਹੜੇ ਪੰਜਾਬ ਦੇ ਸਟਾਰ ਕਲਾਕਾਰ ਨੇ ਉਹ ਇੱਥੇ ਪਹੁੰਚੇ ਹੋਏ ਨੇ। ਤਾਂ ਦੋਸਤੋ, ਇਸ ਮੁਹਿੰਮ ਦੇ ਵਿੱਚ ਭਾਅ ਸਿੱਧੂ ਦੇ ਹੱਕ ਦੇ ਵਿੱਚ, ਇਸ ਜਿਹੜਾ ਮੁਜ਼ਾਹਰੇ ਦੇ ਵਿੱਚ, ਇਸ ਰੋਸ ਪ੍ਰਦਰਸ਼ਨ ਦੇ ਵਿੱਚ, ਇਸ ਇਕੱਠ ਦੇ ਵਿੱਚ ਬਹੁਤ ਸਾਰੇ ਲੋਕ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਸੋ ਜੋ ਵੀ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਉੱਠਦੀ ਹੈ ਉਸ ਨੂੰ ਹਮੇਸ਼ਾ ਹੀ ਦੱਬਿਆ ਜਾਂਦਾ ਹੈ। ਸੋ ਦੋਸਤੋ, ਇਸ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਵੱਧ ਚੜ੍ਹ ਕੇ ਜਿਹੜਾ ਕੋਟਦੁੰਨਾ ਵਿਖੇ ਪਹੁੰਚੋ ਅਤੇ ਭਾਅ ਸਿੱਧੂ ਨੂੰ ਪਿਆਰ ਕਰਨ ਵਾਲੇ, ਭਾਅ ਸਿੱਧੂ ਦੇ ਹੱਕ ਦੇ ਵਿੱਚ ਭਾਅ ਸਿੱਧੂ ਜਿੰਦਾਬਾਦ ਕਮੈਂਟਾਂ ਦੇ ਵਿੱਚ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਨਸੀਬ ਚਮਕਦੇ ਅਤੇ ਕਿਸਮਤ ਬਦਲਦੇ, ਦੇਰ ਨਹੀਂ ਲੱਗਦੀ, ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ। 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਲਵ ਮੈਰਿਜ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਦਾ ਖਾਤਮਾ, ਪਤੀ ਪਤਨੀ 'ਚ ਝਗੜਾ, ਤਲਾਕ ਕੇਸ, ਵਿਦੇਸ਼ 'ਚ ਪੱਕੇ ਹੋਣਾ, ਕਰਜ਼ਾ ਮੁਕਤੀ, ਔਲਾਦ।